ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8 ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੀਜੇ ਕਾਂਡ ਦਾ ਤੀਜਾ ਭਾਗ ਮਾਇਆ ਨਾਗਨੀ ਸਰਪਣੀ ਭੁਯੰਗਮ ਚੌਥਾ ਭਾਗ ਮਾਇਆ ਦਾ ਮੋਹ ਅਤੇ 5 ਭਾਗ ਬਾਬਾ ਮਾਇਆ ਸਾਥ ਨਾ ਹੋਏ ਆਵਾਜ਼ ਗੁਰਜੰਟ ਸਿੰਘ ਰੂਪਵਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਲਾ ਤੀਜਾ ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕਉ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ ਨਾਨਕ ਸੇਈ ਉਭਰੇ ਜੇ ਸੱਚ ਰਹਿ ਲਿਵ ਲਾਏ 5:510 ਅਰਥ ਮਾਇਆ ਸਪਣੀ ਬਣੀ ਹੋਈ ਹੈ ਜਗਤ ਵਿੱਚ ਹਰੇਕ ਜੀਵ ਨੂੰ ਚੰਬੜੀ ਹੋਈ ਹੈ ਜੋ ਇਸ ਦਾ ਗੁਲਾਮ ਬਣਦਾ ਹੈ ਉਸੇ ਨੂੰ ਇਹ ਮਾਰ ਮੁਕਾਉਂਦੀ ਹੈ ਕੋਈ ਵਿਰਲਾ ਗੁਰਮੁਖ ਹੁੰਦਾ ਹੈ ਜੋ ਇਸ ਮਾਇਆ ਸਪਣੀ ਦੇ ਜ਼ਹਿਰ ਦਾ ਮੰਤਰ ਜਾਣਦਾ ਹੈ ਉਸਨੇ ਇਸ ਨੂੰ ਚੰਗੀ ਤਰ੍ਹਾਂ ਮਲ ਕੇ ਪੈਰਾਂ ਹੇਠ ਸੁੱਟ ਲਿਆ ਹੈ ਇਹ ਨਾਨਕ ਇਸ ਮਾਇਆ ਸਪਣੀ ਤੋਂ ਉਹੀ ਬਚੇ ਹਨ ਜੋ ਸੱਚੇ ਪ੍ਰਭੂ ਵਿੱਚ ਸੁਰਤ ਜੋੜਦੇ ਹਨ ਸਰਪਣੀ ਤੇ ਉੱਪਰ ਨਹੀਂ ਬਲੀਆ ਜਿਨ ਬ੍ਰਹਮਾ ਬਿਸ਼ਨ ਮਹਾਂਦਿਓ ਛਲੀਆ ਮਾਰ ਮਾਰ ਸਰਪਣੀ ਨਿਰਮਲ ਜਲ ਪੈਠੀ ਜਿਨ ਤਿਰਭਵਨ ਡਸੀਅਲ ਗੁਰਪ੍ਰਸਾਦ ਡੀਠੀ ਰਹਾ ਸਰਪਣੀ ਸਰਪਣੀ ਕਿਆ ਕਹੋ ਭਾਈ ਜਿਨ ਸਾਜ ਪਛਾਣਿਆ ਤਿਨ ਸਰਪਣੀ ਖਾਈ ਸਰਪਣੀ ਤੇ ਆਨ ਸ਼ੂਸ਼ ਨਹੀਂ ਅਵਰਾ ਸਰਪਣੀ ਜੀਤੀ ਕਹਾਂ ਕਰੇ ਜਮਰਾ ਇਹ ਸਰਪਣੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸ ਤੇ ਹੋਈ ਇਹ ਬਸਤੀ ਕਾ ਬਸਤ ਸਰੀਰਾ ਗੁਰਪ੍ਰਸਾਦ ਸਹਿਜ ਤਰੇ ਕਬੀਰਾ 480 ਅਰਥ ਜਿਸ ਮਾਇਆ ਨੇ ਬ੍ਰਹਮਾ ਵਿਸ਼ਨੂੰ ਅਤੇ ਸ਼ਿਵ ਵਰਗੇ ਵੱਡੇ ਦੇਵਤੇ ਛਲ ਲਏ ਹਨ ਉਸ ਮਾਇਆ ਤੋਂ ਵਧੀਕ ਬਲ ਵਾਲਾ ਜਗਤ ਵਿੱਚ ਹੋਰ ਕੋਈ ਨਹੀਂ ਹੈ ਪਰ ਇਹ ਬੜੇ ਜ਼ੋਰਾਂ ਵਿੱਚ ਆਈ ਮਾਇਆ ਸਤ ਸੰਗ ਵਿੱਚ ਸ਼ਾਂਤ ਹੋ ਜਾਂਦੀ ਹੈ ਭਾਵ ਇਸ ਮਾਰੋ ਮਾਰ ਕਰਨ ਵਾਲੀ ਮਾਇਆ ਦਾ ਪ੍ਰਭਾਵ ਸਤ ਸੰਗ ਵਿੱਚ ਆਪਣਿਆਂ ਠੰਡਾ ਪੈ ਜਾਂਦਾ ਹੈ ਕਿਉਂਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ ਮੋਹ ਦਾ ਡੰਗ ਮਾਰਿਆ ਹੈ ਸੰਗਤ ਵਿੱਚ ਗੁਰੂ ਦੀ ਕਿਰਪਾ ਨਾਲ ਉਸ ਦੀ ਅਸਲੀਅਤ ਦਿਸ ਪੈਂਦੀ ਹੈ ਰਹਾਓ ਸੋ ਹੇ ਭਾਈ ਇਸ ਮਾਇਆ ਤੋਂ ਇਤਨਾ ਡਰਨ ਦੀ ਲੋੜ ਨਹੀਂ ਜਿਸ ਮਨੁੱਖ ਨੇ ਸਦਾ ਥਿਰ ਰਹਿਣ ਵਾਲੇ ਪ੍ਰਭੂ ਨਾਲ ਜਾਣ ਪਛਾਣ ਪਾ ਲਈ ਹੈ ਉਸ ਨੇ ਇਸ ਮਾਇਆ ਨੂੰ ਆਪਣੇ ਵੱਸ ਵਿੱਚ ਕਰ ਲਿਆ ਹੈ ਪ੍ਰਭੂ ਨਾਲ ਜਾਣ ਪਛਾਣ ਕਰਨ ਵਾਲਿਆਂ ਤੋਂ ਬਿਨਾਂ ਹੋਰ ਕੋਈ ਜੀਵ ਇਸ ਸਪਣੀ ਦੇ ਅਸਰ ਤੋਂ ਬਚਿਆ ਹੋਇਆ ਨਹੀਂ ਹੈ ਜਿਸ ਨੇ ਗੁਰੂ ਦੀ ਕਿਰਪਾ ਨਾਲ ਇਸ ਸਪਣੀ ਮਾਇਆ ਨੂੰ ਜਿੱਤ ਲਿਆ ਹੈ ਜਮ ਵਿਚਾਰਾ ਵੀ ਉਸਦਾ ਕੁਝ ਵਿਗਾੜ ਨਹੀਂ ਸਕਦਾ ਇਹ ਮਾਇਆ ਉਸ ਪਰਮਾਤਮਾ ਦੀ ਬਣਾਈ ਹੋਈ ਹੈ ਜਿਸ ਨੇ ਸਾਰਾ ਜਗਤ ਰਚਿਆ ਹੈ ਸੋ ਪ੍ਰਭੂ ਦੇ ਹੁਕਮ ਤੋਂ ਬਿਨਾਂ ਇਸ ਦੇ ਆਪਣੇ ਵਾਸਤੇ ਗੱਲ ਨਹੀਂ ਕਿ ਕਿਸੇ ਉੱਤੇ ਜ਼ੋਰ ਪਾ ਸਕੇ ਜਾਂ ਕਿਸੇ ਤੋਂ ਹਾਰ ਖਾ ਜਾਏ ਜਿਤਨਾ ਚਿਰ ਇਹ ਮਾਇਆ ਮਨੁੱਖ ਦੇ ਮਨ ਵਿੱਚ ਵਸਦੀ ਹੈ ਤਦ ਤੱਕ ਜੀਵ ਸਰੀਰਾਂ ਵਿੱਚ ਭਾਵ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ ਕਬੀਰ ਆਪਣੇ ਗੁਰੂ ਦੀ ਕਿਰਪਾ ਨਾਲ ਅਡੋਲ ਰਹਿ ਕੇ ਜਨਮ ਮਰਨ ਦੀ ਘੁੰਮਣ ਘੇਰੀ ਵਿੱਚੋਂ ਲੰਘ ਗਿਆ ਹੈ ਸਤਿਗੁਰ ਸਾਜਨ ਪੁਰਖ ਵੱਢ ਪਾਇਆ ਹਰ ਰਸਕ ਰਸਕ ਫਲ ਲਾਗਬਾ ਮਾਇਆ ਭੁਯੰਗ ਗ੍ਰਸਿਓ ਹੈ ਪ੍ਰਾਣੀ ਗੁਰਬਚਨੀ ਬਿਸ ਹਰ ਕਾਢਬਾ 5:697 ਅਰਥ ਹੈ ਭਾਈ ਗੁਰੂ ਸਭ ਦਾ ਸੱਜਣ ਹੈ ਗੁਰੂ ਮਹਾਂਪੁਰਖ ਹੈ ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਹ ਮਨੁੱਖ ਬੜੇ ਸਵਾਦ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੇ ਫਲ ਖਾਣ ਲੱਗ ਪੈਂਦਾ ਹੈ ਹੇ ਭਾਈ ਮਨੁੱਖ ਨੂੰ ਮਾਇਆ ਸਪਣੀ ਗ੍ਰਸੀ ਰੱਖਦੀ ਹੈ
ਪਰ ਗੁਰੂ ਦੇ ਬਚਨਾਂ ਉੱਤੇ ਤੁਰਨ ਦੀ ਬਰਕਤ ਨਾਲ ਪਰਮਾਤਮਾ ਉਸ ਦੇ ਅੰਦਰੋਂ ਉਹ ਜ਼ਹਿਰ ਕੱਢ ਦਿੰਦਾ ਹੈ। ਮਾਇਆ ਬੇਖੁ ਭਿਅੰਗਮ ਨਾਲੇ, ਇਨ ਦੁਬਦਾ ਕਰ ਬਹੁਤੇ ਗਾਲੇ, ਸਤਿਗੁਰ ਬਾਝੋਂ ਪ੍ਰੀਤ ਨਾ ਉਪਜੈ, ਭਗਤ ਰਤੇ ਪਤਿਆਰਾ ਹੈ। ਪੰਨਾ 1029। ਅਰਥ, ਗੁਰੂ ਦੀ ਸ਼ਰਨ ਤੋਂ ਬਿਨਾਂ ਮਾਇਆ ਦੇ ਮੋਹ ਰੂਪ ਸੱਪ ਦਾ ਜ਼ਹਿਰ ਜੀਵਾਂ ਦੇ ਅੰਦਰ ਟਿਕਿਆ ਰਹਿੰਦਾ ਹੈ ਅਤੇ ਜੀਵਾਂ ਨੂੰ ਆਤਮਕ ਮੌਤੇ ਮਾਰਦਾ ਰਹਿੰਦਾ ਹੈ। ਇਸ ਨੇ ਦੁਬਧਾ ਵਿੱਚ ਪਾ ਕੇ ਅਨੇਕਾਂ ਘਰ ਗਾਲ ਦਿੱਤੇ ਹਨ। ਮੋਹ ਤੋਂ ਬਿਨਾਂ ਹੋਰ ਹੋਰ ਆਸਰੇ ਦੀ ਝਾਕ ਵਿੱਚ ਪੈ ਕੇ ਅਨੇਕਾਂ ਜੀਵਨ ਬਰਬਾਦ ਕਰ ਦਿੱਤੇ ਹਨ। ਗੁਰੂ ਤੋਂ ਬਿਨਾਂ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਚਰਨਾਂ ਵਿੱਚ ਪ੍ਰੀਤ ਪੈਦਾ ਨਹੀਂ ਹੁੰਦੀ। ਜਿਹੜੇ ਮਨੁੱਖ ਗੁਰੂ ਦੀ ਰਾਹੀਂ ਪਰਮਾਤਮਾ ਦੇ ਭਗਤ ਰੰਗ ਵਿੱਚ ਰੰਗੇ ਜਾਂਦੇ ਹਨ, ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿੱਚ ਖੁਸ਼ ਰਹਿੰਦਾ ਹੈ। ਪਾਇਆ ਵੇੜ ਮਾਇਆ ਸਰਬ ਭੁਯੰਗਾ, ਹਉਮੈ ਪਚੇ ਦੀਪਕ ਦੇਖ ਪਤੰਗਾ, ਸਗਲ ਸ਼ਿੰਗਾਰ ਕਰੇ ਨਹੀਂ ਪਾਵੇ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੇ। ਪੰਨਾ 801। ਅਰਥ, ਹੇ ਭਾਈ, ਸੱਪ ਵਾਂਗ ਮਾਇਆ ਨੇ ਸਾਰੇ ਜੀਵਾਂ ਦੇ ਦੁਆਲੇ ਵਲੇਵਾਂ ਪਾਇਆ ਹੋਇਆ। ਜੀਵ ਹਉਮੈ ਦੀ ਅੱਗ ਵਿੱਚ ਸੜੇ ਪਏ ਹਨ, ਜਿਵੇਂ ਦੀਵਿਆਂ ਨੂੰ ਵੇਖ ਕੇ ਪਤੰਗੇ ਸੜਦੇ ਹਨ। ਮਾਇਆ ਵਿਹੜਿਆ ਜੀਵ ਭਾਵੇਂ ਬਾਹਰਲੇ ਭੇਖ ਆਦਿਕ ਦੇ ਸਾਰੇ ਸ਼ਿੰਗਾਰ ਕਰਦਾ ਰਹੇ, ਫਿਰ ਵੀ ਉਹ ਪਰਮਾਤਮਾ ਨੂੰ ਮਿਲ ਨਹੀਂ ਸਕਦਾ। ਜਦੋਂ ਪਰਮਾਤਮਾ ਆਪ ਜੀਵ ਉੱਤੇ ਦਇਆਵਾਨ ਹੁੰਦਾ ਹੈ ਤਾਂ ਉਸ ਨੂੰ ਗੁਰੂ ਮਿਲਾਉਂਦਾ ਹੈ। ਮਨਮੁੱਖ ਕੋਠੀ ਅਗਿਆਨ ਅੰਧੇਰਾ, ਤਿੰਨ ਘਰ ਰਤਨ ਨਾ ਲਾਖਾ, ਅਤੇ ਉਜੜ ਭਰਮ ਮੂਹੇ ਗਾਵਾਰੀ, ਮਾਇਆ ਭੁਯੰਗ ਬਿਖ ਚਾਖਾ। ਪੰਨਾ 696। ਮਾਇਆ ਭੁਯੰਗਮ ਸਰਪ ਹੈ, ਜਗ ਘੇਰਿਆ ਬਿਖ ਮਾਏ, ਬਿਖ ਕਾ ਮਾਰਨ ਹਰ ਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ, ਜਿਨ ਕੋ ਪੂਰਬ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਮੇਰੇ ਸਤਿਗੁਰ ਨਿਰਮਲ ਹੋਇਆ, ਬਿਖ ਹੋਮੇ ਗਿਆ ਬਿਲਾਏ, ਗੁਰਮੁਖਾਂ ਕੇ ਮੁਖ ਉਜਲੇ, ਹਰ ਦਰਗਾਹ ਸ਼ੋਭਾ ਪਾਏ, ਜਾਂ ਨਾਨਕ ਸਦਾ ਕੁਰਬਾਨ ਤਿਨ, ਜੋ ਚਾਲੇ ਸਤਿਗੁਰ ਪਾਏ। ਪੰਨਾ 1415। ਬਿਸੀਅਰ ਬਿਸੂ ਭਰੇ ਹੈ ਪੂਰਨ, ਗੁਰ ਗਰੁੜ ਸ਼ਬਦ ਮੁਖ ਪਾਵੇ ਗੋ, ਮਾਇਆ ਭੁਯੰਗਮ ਤਿਸ ਨੇੜ ਨ ਆਵੇ, ਬਿਖ ਝਾਰ ਝਾਰ ਲਿਵ ਲਾਵੇ ਗੋ। ਪੰਨਾ 1310। ਭਾਗ ਚੌਥਾ, ਮਾਇਆ ਦਾ ਮੋਹ। ਸਤਿਗੁਰਾਂ ਨੇ ਬੇਅੰਤ ਫੁਰਮਾਨਾਂ ਦੁਆਰਾ ਸਪਸ਼ਟ ਕੀਤਾ ਹੈ ਕਿ ਮਾਇਆ ਅਜਿਹੀ ਜ਼ਹਿਰੀਲੀ ਨਾਗਣ ਹੈ ਜੋ ਮਨੁੱਖ ਦੇ ਆਤਮਕ ਜੀਵਨ ਵਾਲੇ ਸ਼ੁਭ ਗੁਣਾਂ ਨੂੰ ਨਸ਼ਟ ਕਰ ਦਿੰਦੀ ਹੈ। ਕਿੱਡੀ ਬਦਕਿਸਮਤੀ ਹੈ ਕਿ ਮਨੁੱਖ ਦਾ ਸਭ ਤੋਂ ਵੱਧ ਮੋਹ ਉਸੇ ਮਾਇਆ ਨਾਲ ਹੀ ਹੈ। ਮਾਇਆ ਮੋਹ ਸਗਲ ਜਗ ਛਾਇਆ, ਕਾਮਣ ਦੇਖ ਕਾਮ ਲੁਭਾਇਆ, ਸੋਤ ਕੰਚਨ ਸਿਉਂ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਪੰਨਾ 1342। ਅਰਥ, ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ ਸਾਰੇ ਜਗਤ ਨੂੰ ਮਾਇਆ ਦੇ ਮੂੰਹ ਨੇ ਪ੍ਰਭਾਵਿਤ ਕੀਤਾ ਹੋਇਆ। ਕਿਤੇ ਤਾਂ ਇਸਤਰੀ ਨੂੰ ਵੇਖ ਕੇ ਕਾਮ ਵਾਸ਼ਨਾ ਵਿੱਚ ਫਸਦਾ ਹੈ, ਕਿਤੇ ਇਹ ਜਗਤ ਪੋਤਰਾਂ ਅਤੇ ਸੋਨੇ ਆਦਿਕ ਧਨ ਨਾਲ ਪਿਆਰ ਵਧਾ ਰਿਹਾ ਹੈ। ਜਗਤ ਨੇ ਦਿਸਦੀ ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੈ, ਸਿਰਫ ਪਰਮਾਤਮਾ ਨੂੰ ਹੀ ਇਹ ਓਪਰਾ ਸਮਝਦਾ ਹੈ। ਮਾਇਆ ਮੋਹ ਅਗਿਆਨ ਗੁਬਾਰ, ਮਨ ਮੁਖ ਮੋਹੇ ਮੁਗਧ ਗਵਾਰ, ਆਨਦਿਨ ਧੰਦਾ ਕਰਤ ਵਿਹਾਏ, ਮਰ ਮਰ ਜੰਮੇ ਮਿਲੇ ਸਜਾਏ। ਪੰਨਾ 1262। ਅਰਥ, ਹੇ ਭਾਈ, ਮਾਇਆ ਦਾ ਮੋਹ ਜੀਵਨ ਸਫ਼ਰ ਵਿੱਚ ਆਤਮਕ ਜੀਵਨ ਵੱਲੋਂ ਬੇਸਮਝੀ ਹੈ, ਘੁੱਪ ਹਨੇਰਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਇਸ ਮੋਹ ਵਿੱਚ ਫਸੇ ਰਹਿੰਦੇ ਹਨ। ਹਰ ਵੇਲੇ ਦੁਨੀਆ ਵਾਲੇ ਧੰਦੇ ਕਰਦਿਆਂ ਹੀ ਉਹਨਾਂ ਦੀ ਉਮਰ ਗੁਜ਼ਰਦੀ ਹੈ। ਉਹ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।
ਇਹ ਸਜ਼ਾ ਉਹਨਾਂ ਨੂੰ ਮਿਲਦੀ ਹੈ। ਕੌਡੀ ਬਦਲੇ ਤਿਆਗੇ ਰਤਨ, ਛੋੜ ਜਾਏ ਤਾਹੂ ਕਾ ਯਤਨ, ਸੋ ਸੰਚੈ ਜੋ ਹੋਸ਼ੀ ਬਾਤ, ਮਾਇਆ ਮੋਇਆ ਟੇਡੋ ਜਾਤ, ਅਭਾਗੈ ਤੈਂ ਲਾਜ ਨਾਹੀਂ, ਸੁਖ ਸਾਗਰ ਪੂਰਨ ਪਰਮੇਸ਼ਰ, ਹਰਨਾ ਚੇਤਿਓ ਮਨ ਮਾਹੀ। ਪੰਨਾ 892। ਅਰਥ, ਹੇ ਬਾਦ ਨਸੀਬ ਸਾਕਤ, ਤੈਨੂੰ ਕਦੇ ਇਹ ਸ਼ਰਮ ਨਹੀਂ ਆਉਂਦੀ ਕਿ ਜਿਹੜਾ ਸਰਵ ਵਿਆਪਕ ਪਰਮਾਤਮਾ ਸਾਰੇ ਸੁੱਖਾਂ ਦਾ ਸਮੁੰਦਰ ਹੈ, ਉਸ ਨੂੰ ਤੂੰ ਆਪਣੇ ਮਨ ਵਿੱਚ ਚੇਤੇ ਨਹੀਂ ਕਰਦਾ? ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ 'ਤੇ ਮਾਇਆ ਕੌਡੀ ਦੇ ਤੁਲ ਹੈ। ਪਰ ਸਾਕਤ ਮਨੁੱਖ ਕੌਡੀ ਦੀ ਖਾਤਰ ਕੀਮਤੀ ਰਤਨ ਨੂੰ ਛੱਡ ਦਿੰਦਾ ਹੈ, ਉਸੇ ਦੀ ਹੀ ਪ੍ਰਾਪਤੀ ਦਾ ਯਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ, ਉਸੇ ਮਾਇਆ ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ ਪ੍ਰਤੀਤ ਥੋੜ੍ਹੀ ਕੁ ਹੈ। ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਸਾਕਤ ਆਕੜ ਆਕੜ ਕੇ ਤੁਰਦਾ ਹੈ। ਮਾਇਆ ਮਨੂ ਨ ਵਿਸਰੈ, ਮੰਗੇ ਦਮਾਂ ਦਮ, ਸੋ ਪ੍ਰਭ ਚੇਤਨ ਆਵਈ, ਨਾਨਕ ਨਹੀਂ ਕਰਮ। ਪੰਨਾ 1093। ਮਾਇਆ ਵਿੱਚ ਫਸੇ ਰਹਿਣ ਵਾਲੀ ਮਨ ਦੀ ਇਸ ਹਾਲਤ ਨੂੰ ਦਰਸਾ ਕੇ ਪ੍ਰਭੂ ਦਾ ਚੇਤਾ ਕਰਾਉਣ ਲਈ ਸਤਿਗੁਰਾਂ ਨੇ ਇਹੀ ਸਲੋਕ ਦੂਜੀ ਵਾਰ ਵਾਰਾਂ ਅਤੇ ਵਧੀਕ ਬਾਣੀ ਵਿੱਚ ਵੀ ਲਿਖਿਆ ਹੈ। ਮਾਇਆ ਮਨੂ ਨ ਵਿਸਰੈ, ਮੰਗੈ ਦਮਾਂ ਦਮ, ਸੋ ਪ੍ਰਭ ਚੇਤਨਾ ਆਵਈ, ਨਾਨਕ ਨਹੀਂ ਕਰਮ। ਪੰਨਾ 1426। ਅਰਥ, ਹੈ ਭਾਈ, ਮਾਇਆ ਵਿਹੜੇ ਮਨੁੱਖ ਦੇ ਮਨ ਤੋਂ ਮਾਇਆ ਕਦੇ ਨਹੀਂ ਭੁੱਲਦੀ। ਉਹ ਹਰ ਵੇਲੇ ਧਨ ਹੀ ਧਨ ਭਾਲਦਾ ਰਹਿੰਦਾ ਹੈ। ਉਹ ਪਰਮਾਤਮਾ ਜੋ ਸਭ ਕੁਝ ਦੇਣ ਵਾਲਾ ਹੈ ਉਸਦੇ ਚਿੱਤ ਵਿੱਚ ਨਹੀਂ ਆਉਂਦਾ। ਪਰ ਹੇ ਨਾਨਕ, ਉਹ ਮਾਇਆ ਵਿਹੜਿਆ ਮਨੁੱਖ ਵੀ ਕੀ ਕਰੇ, ਨਾਮ ਧਨ ਉਸਦੀ ਕਿਸਮਤ ਵਿੱਚ ਹੀ ਨਹੀਂ। ਇਸ ਮਾਇਆ ਮੋਹ ਦੀ ਅਸਲੀਅਤ ਦਾ ਪਤਾ ਗੁਰਮੁਖਾਂ ਨੂੰ ਹੀ ਲੱਗਦਾ ਹੈ। ਮਾਇਆ ਮੋਹ ਨੱਟਬਾਜ਼ੀ ਪਾਈ, ਮਨਮੁੱਖ ਅੰਧ ਰਹੇ ਲਪਟਾਈ, ਗੁਰਮੁਖ ਅਲਿਪਤ ਰਹੇ ਲਿਵਲਾਈ। ਪੰਨਾ 230। ਅਰਥ, ਜਦੋਂ ਕੋਈ ਨੱਟ ਬਾਜ਼ੀ ਪਾਉਂਦਾ ਹੈ ਤਾਂ ਲੋਕ ਤਮਾਸ਼ਾ ਵੇਖਣ ਆ ਜੁੜਦੇ ਹਨ। ਤੇਵੇਂ ਪ੍ਰਭੂ ਨੱਟ ਨੇ ਮਾਇਆ ਦੇ ਮੋਹ ਦੀ ਰਾਹੀਂ ਇਹ ਜਗਤ ਰਚਨਾ ਦਾ ਤਮਾਸ਼ਾ ਰਚ ਦਿੱਤਾ ਹੈ। ਇਸ ਨੂੰ ਵੇਖ ਵੇਖ ਕੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਾਇਆ ਦੇ ਮੋਹ ਵਿੱਚ ਅੰਨੇ ਹੋਏ ਮਨੁੱਖ ਇਹ ਤਮਾਸ਼ੇ ਨਾਲ ਚੰਬੜ ਰਹੇ ਹਨ। ਪਰ ਗੁਰੂ ਦੇ ਸਨਮੁੱਖ ਰਹਿਣ ਵਾਲੇ ਮਨੁੱਖ ਪ੍ਰਭੂ ਚਰਨਾਂ ਵਿੱਚ ਸੁਰਤ ਜੋੜ ਕੇ ਇਸ ਤਮਾਸ਼ੇ ਤੋਂ ਨਿਰਲੇਪ ਰਹਿੰਦੇ ਹਨ। ਅਜਿਹੇ ਕੀਮਤੀ ਰਤਨ ਉਪਦੇਸ਼ਾਂ ਨਾਲ ਭਰਪੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖਾਂ ਲਈ ਜ਼ਰੂਰੀ ਬਣਦਾ ਹੈ ਕਿ ਉਹ ਆਪਣੇ ਗੁਰੂ ਦੇ ਗਿਆਨ ਦਾ ਸਦਕਾ ਅਜਿਹੇ ਆਚਰਣ ਦਾ ਮਾਲਕ ਅਥਵਾ ਅਜਿਹੀ ਉੱਚੀ ਸੁੱਚੀ ਜੀਵਨ ਯੁਗ ਦਾ ਮਾਲਕ ਬਣ ਜਾਂਦਾ ਕਿ ਸੰਸਾਰ ਦਾ ਹਰ ਮਨੁੱਖ ਗੁਰੂ ਨਾਨਕ ਜੀ ਦਾ ਸਿੱਖ ਬਣ ਜਾਣ ਲਈ ਕਾਲਾ ਪੈ ਜਾਂਦਾ। ਪਰ ਮਾਇਆ ਦੇ ਮੋਹ ਕਾਰਨ ਕਥਿਤ ਸਿੱਖ ਦੀ ਵਿਗੜੀ ਘਰੋਗੀ ਜੀਵਨ ਯੁਗਤ ਤਾਂ ਕਹਿਣਾ ਹੀ ਕੀ ਹੈ। ਗੁਰੂ ਦੁਆਰਿਆਂ ਵਿੱਚ ਮਾਇਆ ਨਾਗਣੀ ਦਾ ਅਜਿਹਾ ਸ਼ਰਮਨਾਕ ਨੰਗਾ ਨਾਚ ਹੋ ਰਿਹਾ ਹੈ ਕਿ ਵੇਖ ਸੁਣ ਕੇ ਲੋਕ ਸਿੱਖੀ ਨੂੰ ਮਖੌਲ ਕਰ ਰਹੇ ਹੁੰਦੇ ਹਨ। ਗੁਰਦੁਆਰਾ ਕਮੇਟੀ ਦੀ ਚੌਧਰ ਰੂਪ ਮਾਇਆ ਅਤੇ ਜੱਫਾ ਪਾ ਲੈਣ ਦੀ ਭੁੱਖ ਵਿੱਚ ਆਰੰਭੀਆਂ ਦੌੜਾਂ ਦੇ ਕਾਰਨ ਸੰਸਾਰ ਦੇ ਲਗਭਗ ਸਾਰੇ ਗੁਰੂ ਘਰਾਂ ਦੀ ਸੰਗਤ ਆਪਸੀ ਫੁੱਟ ਵਿੱਚ ਅਜਿਹੀ ਵੰਡੀ ਹੋਈ ਹੈ ਕਿ ਕਈ ਕਈ ਧੜੇ ਬਣ ਚੁੱਕੇ ਹਨ। ਮਾਇਆ ਦੇ ਹੀ ਮੋਹ ਦੇ ਕਾਰਨ ਅੱਜ ਕਿਸੇ ਵੀ ਗੁਰੂ ਦਰਬਾਰ ਬਾਰੇ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਕਿ ਉੱਥੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੋਲ ਕਬੋਲ ਹੂਰਾ ਮੁੱਕੀ ਆਦਿ ਕਦੇ ਨਾ ਹੋਇਆ ਹੋਵੇਗਾ। ਸਤਿਗੁਰਾਂ ਦਾ ਆਦਰ ਸਤਿਕਾਰ ਭੁੱਲ ਕੇ ਇੱਕ ਦੂਜੇ ਦੀ ਪਿੱਠ ਲਾਉਣ ਵਿੱਚ ਮੋਹਰੀ ਹੋਣਾ ਗੁਰੂ ਸੰਗਤ ਵੱਲੋਂ ਚੁਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਧਰਮ ਬਣ ਚੁੱਕਾ ਹੈ। ਮਾਇਆ ਦੇ ਮੋਹ ਨੇ ਉਸ ਗੁਰੂ ਦੇ ਸਿੱਖ ਦਾ
ਗਿਆਨ ਰਤਨ ਚੁਰਾ ਲਿਆ ਹੋਇਆ ਹੈ। ਜਿਸ ਅਨੁਪਮ ਸਤਿਗੁਰਾਂ ਦਾ ਫਰਮਾਨ ਚੇਤਾਵਨੀ ਦੇ ਰਿਹਾ ਹੈ ਕਿ ਹੇ ਭਾਈ, ਮਾਇਆ ਦੇ ਮੋਹ ਵਿੱਚ ਨਾ ਫਸ। ਇਸ ਦੇ ਮੋਹ ਵਿੱਚ ਫਸ ਕੇ ਤੂੰ ਆਪਣਾ ਗਿਆਨ ਰੂਪ ਰਤਨ ਗਵਾ ਕੇ ਪਤੰਗੇ ਪਸ਼ੂ ਵਾਂਗ ਅੱਗ ਵਿੱਚ ਪੈ ਮਰੇਗਾ। ਬਾਬਾ, ਮਾਇਆ ਮੋਹ ਹਿਤ ਕੀਨ, ਜਿਨ ਗਿਆਨ ਰਤਨ ਹਿਰ ਲੀਨ ਰਹਾ। ਨੈਣ ਦੇਖ ਪਤੰਗ ਉਰਜੇ, ਪਛ ਨਾ ਦੇਖੇ ਆਗ, ਕਾਲ ਫਾਸ ਨਾ ਮੁਗਦ ਚੇਤੇ, ਕਣਕ ਕਾਮਨ ਲਾਗ। ਪੰਨਾ 482। ਭਾਗ ਪੰਜਵਾਂ, ਬਾਬਾ ਮਾਇਆ ਸਾਥ ਨਾ ਹੋਏ। ਹਿੰਦੂ ਧਰਮ ਦੇ ਆਦਿ ਗੁਰੂ ਬਿੱਪਰ ਜੀ ਨੇ ਮਾਇਆ ਨੂੰ ਵਿਸ਼ਨੂੰ ਭਗਵਾਨ ਦੀ ਘਰ ਦੀ ਦੱਸ ਕੇ ਇਸ ਦੀ ਪੂਜਾ ਕਰਵਾਉਣੀ ਆਰੰਭ ਕੀਤੀ ਹੋਈ ਹੈ। ਦੀਵਾਲੀ ਵਾਲੇ ਦਿਨ ਮਾਇਆਧਾਰੀ ਹਿੰਦੂ ਇਸ ਦੇਵੀ ਦੀ ਉਚੇਚੀ ਪੂਜਾ ਕਰਦਾ ਹੈ। ਜਿੰਨੀ ਮਰਜ਼ੀ ਹੈ ਇਸ ਦੀ ਪੂਜਾ ਕਰੋ, ਪਰ ਇਸ ਕਥਿਤ ਲਕਸ਼ਮੀ ਦੇਵੀ ਨੇ ਸਾਥ ਨਹੀਂ ਨਿਭਾਉਣਾ। ਸਗੋਂ ਜਿਸ ਮਨੁੱਖ ਨੂੰ ਵੀ ਲੋੜ ਤੋਂ ਵੱਧ ਇਸ ਮਾਇਆ ਦੇਵੀ ਦੇ ਖੁੱਲ੍ਹੇ ਦਰਸ਼ਨ ਹੋਏ, ਉਹ ਹੰਕਾਰੀ ਅਤੇ ਵਕਾਰੀ ਬਣ ਕੇ ਬਦਨਾਮ ਹੋਇਆ ਅਤੇ ਪ੍ਰਭੂ ਦੀ ਨੇੜਤਾ ਪ੍ਰਾਪਤ ਨਾ ਕਰ ਸਕਿਆ। ਸਤਿਗੁਰਾਂ ਦਾ ਫਰਮਾਨ ਹੈ ਕਿ ਜਿਸ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਮੋਹ ਜਾਲ ਵਿੱਚ ਫਸਾਇਆ ਹੋਇਆ ਹੈ, ਉਹ ਕਦੇ ਸਾਥ ਨਹੀਂ ਨਿਭਦੀ। ਬਾਬਾ, ਮਾਇਆ ਸਾਥ ਨਾ ਹੋਏ, ਇਨ ਮਾਇਆ ਜਗ ਮੋਇਆ, ਵਿਰਲਾ ਬੂਝੇ ਕੋਏ। ਪੰਨਾ 595। ਆਓ ਗੁਰਮਤਿ ਦੇ ਇਸ ਸਿਧਾਂਤ ਨੂੰ ਦ੍ਰਿੜ ਕਰਕੇ ਗੁਰੂ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਢਾਲਣ ਜੋਗੇ ਬਣਨ ਦਾ ਯਤਨ ਕਰੀਏ। ਸ੍ਰਿਸ਼ਟੇ ਭਿਉ ਨ ਜਾਣੇ ਕੋਏ, ਸ੍ਰਿਸ਼ਟਾ ਕਰੇ ਸੋ ਨਿਹਚੋ ਹੋਏ, ਸੰਪੇ ਕੋ ਈਸ਼ਰ ਧਿਆਈਐ, ਸੰਪੇ ਪੁਰਬ ਲਿਖੇ ਕੀ ਪਾਈਐ, ਸੰਪੇ ਕਾਰਨ ਚਾਕਰ ਚੋਰ, ਸੰਪੇ ਸਾਥ ਨ ਚਾਲੇ ਹੋਰ, ਬਿਨ ਸਾਚੇ ਨਹੀਂ ਦਰਗਾ ਮਾਨ, ਹਾਰਸ ਪੀਵੈ ਛੋਟੇ ਨਿਦਾਨ। ਪੰਨਾ 937। ਅਰਥ, ਕੋਈ ਜੀਵ ਸ੍ਰਿਸ਼ਟੀ ਸਿਰਜਣਹਾਰ ਪ੍ਰਭੂ ਦਾ ਭੇਦ ਨਹੀਂ ਪਾ ਸਕਦਾ ਅਤੇ ਕੋਈ ਉਸਦੀ ਰਜਾ ਵਿੱਚ ਦਖਲ ਨਹੀਂ ਦੇ ਸਕਦਾ, ਕਿਉਂ ਜਗਤ ਵਿੱਚ ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ ਕਰਤਾਰ ਕਰਦਾ ਹੈ। ਸਿਰਜਣਹਾਰ ਦੀ ਇੱਕ ਅਜਬ ਖੇਡ ਹੈ ਕਿ ਆਮ ਤੌਰ 'ਤੇ ਮਨੁੱਖ ਧਨ ਦੀ ਖਾਤਰ ਪਰਮਾਤਮਾ ਨੂੰ ਧਿਆਉਂਦਾ ਹੈ ਅਤੇ ਹੁਣ ਤੱਕ ਦੀ ਕੀਤੀ ਮਿਹਨਤ ਦੇ ਲੇਖੇ ਅਨੁਸਾਰ ਧਨ ਮਿਲ ਜਾਂਦਾ ਹੈ। ਧਨ ਦੀ ਖਾਤਰ ਮਨੁੱਖ ਦੂਜਿਆਂ ਦੇ ਨੌਕਰ ਬਣਦੇ ਹਨ, ਚੋਰ ਵੀ ਬਣਦੇ ਹਨ, ਭਾਵੇਂ ਚੋਰੀ ਵੀ ਕਰਦੇ ਹਨ, ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, ਮਰਨ 'ਤੇ ਹੋਰਾਂ ਦਾ ਬਣ ਜਾਂਦਾ ਹੈ। ਸਦਾ ਥਿਰ ਰਹਿਣ ਵਾਲੇ ਗੋਪਾਲ ਦੇ ਨਾਮ ਤੋਂ ਬਿਨਾਂ ਉਸ ਦੀ ਹਜ਼ੂਰੀ ਵਿੱਚ ਆਦਰ ਨਹੀਂ ਮਿਲਦਾ। ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ, ਉਹ ਸੰਪੇ ਧਨ ਦੇ ਮੋਹ ਤੋਂ ਅੰਤ ਨੂੰ ਬਚ ਜਾਂਦਾ ਹੈ। ਮਾਇਆ ਸਾਥ ਨਾ ਚੱਲਈ, ਕਿਆ ਲਪਟਾਵੇਂ ਅੰਧ, ਗੁਰ ਕੇ ਚਰਨ 'ਤੇ ਆਏ ਤੂੰ, ਟੈ ਮਾਇਆ ਬੰਧ। ਪੰਨਾ 1093। ਅਰਥ, ਹੇ ਅੰਨੇ ਜੀਵ, ਤੂੰ ਮੁੜ ਮੁੜ ਮਾਇਆ ਨੂੰ ਕਿਉਂ ਚਿੰਬੜਦਾ ਹੈ? ਇਹ ਤਾਂ ਕਦੇ ਕਿਸੇ ਦੇ ਨਾਲ ਨਹੀਂ ਜਾਂਦੀ। ਤੂੰ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ, ਭਾਵ ਹਉਮੈ ਛੱਡ ਕੇ ਗੁਰੂ ਦਾ ਆਸਰਾ ਲੈ, ਤਾਂ ਜੋ ਤੇਰੀਆਂ ਇਹ ਮੁਸ਼ਕਾਂ ਜੋ ਮਾਇਆ ਨੇ ਕੱਸੀਆਂ ਹੋਈਆਂ ਹਨ ਟੁੱਟ ਜਾਣ। ਕਾਹੇ ਮਾਲ ਦਰਬ ਦੇਖ ਗਰਬ ਜਾਹੇ, ਚਲਤੀ ਬਾਰ ਤੇਰੋ ਕਸ਼ੂ ਨਾਹੇ। ਪੰਨਾ 1199। ਅਰਥ, ਇਹ ਭਾਈ, ਗ੍ਰਿਸਤੀ ਨੂੰ ਤਿਆਗ ਜਾਣ ਵਾਲਾ ਨਿਰੇ ਨੰਗੇ ਰਹਿਣੇ ਅਤੇ ਪਿੰਡੇ 'ਤੇ ਸਵਾਹ ਮਲਣ ਦਾ ਮਾਣ ਕਰਦਾ ਹੈ, ਇਹ ਭੁੱਲ ਹੈ। ਪਰ ਗ੍ਰਿਸਤੀ ਧਨ ਦਾ ਹੰਕਾਰ ਕਰਦਾ ਹੈ, ਇਹ ਵੀ ਮੂਰਖਤਾ ਹੈ। ਮਾਲ ਧਨ ਵੇਖ ਕੇ ਤੂੰ ਹੰਕਾਰ ਕਰਦਾ ਹੈ, ਸੰਸਾਰ ਤੋਂ ਕੂਚ ਕਰਨ ਵੇਲੇ ਧਨ ਮਾਲ ਵਿੱਚੋਂ ਕੋਈ ਵੀ ਚੀਜ਼ ਤੇਰੀ ਨਹੀਂ ਹੋਵੇਗੀ। ਕਬੀਰ, ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋਰ, ਚਲਤੀ ਬਾਰ ਨਾ ਕੱਛ ਮਿਲਿਓ, ਲਈ ਲੰਗੋਟੀ ਤੋਰ।
ਪੰਨਾ 1372। ਅਰਥ ਹੈ ਕਬੀਰ, ਪ੍ਰਭੂ ਨਾਲ ਟੁੱਟ ਕੇ ਨਿਰੀ ਮਾਇਆ ਜੋੜਨ ਦਾ ਕੀ ਲਾਭ, ਜਿਸ ਮਨੁੱਖ ਨੇ ਤਰਲਿਆਂ ਨਾਲ ਜੋੜ ਕੇ ਲੱਖਾਂ ਕਰੋੜਾਂ ਵੀ ਇਕੱਠੇ ਕਰ ਲਏ, ਮਰਨ ਵੇਲੇ ਕੁਝ ਪ੍ਰਾਪਤ ਨਹੀਂ ਹੁੰਦਾ, ਉਸ ਦੇ ਸੰਬੰਧੀ ਉਸ ਦੀ ਲੰਗੋਟੀ ਤੱਕ ਤੋੜ ਫਰੋਲ ਲੈਂਦੇ ਹਨ ਕਿ ਲੰਗੋਟੀ ਵਿੱਚ ਹੀ ਕੋਈ ਧਨ ਨਾ ਬੱਧਾ ਪਿਆ ਹੋਵੇ। ਹੇ ਨਰ, ਇਹ ਸਾਚੀ ਜੀ ਧਾਰ, ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ ਰਹਾ। ਬਾਹਰੂ ਭੀਤ ਬਣਾਈ ਰਚ ਪਚ, ਰਹਿਤ ਨਹੀਂ ਦਿਨ ਚਾਰ, ਤੈਸੇ ਹੀ ਇਹ ਸੁੱਖ ਮਾਇਆ ਕੇ ਉਰਜਿਓ ਕਹਾਂ ਗਵਾਰ। ਪੰਨਾ 633। ਅਰਥ, ਇਹ ਮਨੁੱਖ, ਤੂੰ ਆਪਣੇ ਦਿਲ ਵਿੱਚ ਇਹ ਪੱਕੀ ਗੱਲ ਟਿਕਾ ਲੈ ਕਿ ਸਾਰਾ ਸੰਸਾਰ ਸੁਪਨੇ ਵਰਗਾ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ। ਹੇ ਭਾਈ, ਰੇਤ ਦੀ ਭੀਤ ਕੰਧ ਉਸਾਰ ਕੇ ਤਿਆਰ ਕੀਤੀ ਹੋਵੇ, ਪਰ ਉਹ ਕੰਧ 4 ਦਿਨ ਵੀ ਟਿਕੀ ਨਹੀਂ ਰਹਿੰਦੀ, ਇਸ ਮਾਇਆ ਦੇ ਸੁੱਖ ਵੀ ਉਸ ਰੇਤ ਦੀ ਕੰਧ ਵਰਗੇ ਹੀ ਹਨ, ਤੂੰ ਇਹਨਾਂ ਸੁੱਖਾਂ ਵਿੱਚ ਕਿਉਂ ਮਸਤ ਹੋ ਰਿਹਾ ਹੈ? ਧਨ ਸੰਪੈ ਮਾਇਆ ਸੰਚੀਐ, ਅੰਤੇ ਦੁਖਦਾਈ, ਘਰ ਮੰਦਰ ਮਹਿਲ ਸਵਾਰੀਐ, ਕਿਛ ਸਾਥ ਨਾ ਜਾਈ, ਹਰ ਰੰਗੀ ਤੁਰੇ ਨਿਤ ਪਾਲੀਐ, ਕਿਤੇ ਕਾਮ ਨਾ ਆਈ, ਜਨ ਲਾਵੋ ਚਿਤ ਹਰ ਨਾਮ ਸਿਓ, ਅੰਤ ਹੋਏ ਸਖਾਈ, ਜਾਂ ਨਾਨਕ ਨਾਮ ਧਿਆਇਆ, ਗੁਰਮੁਖ ਸੁਖ ਪਾਈ। ਪੰਨਾ 648। ਮਾਈ ਮਾਇਆ ਛਲ, ਤਿਨ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਪੰਨਾ 717। ਅਰਥ, ਹੇ ਮਾਂ, ਮਾਇਆ ਇੱਕ ਛਲਾਵਾ ਹੈ ਜੋ ਕਈ ਰੂਪ ਵਿਖਾ ਕੇ ਛੇਤੀ ਹੀ ਗੁੰਮ ਹੋ ਜਾਂਦਾ ਹੈ। ਪਰਮਾਤਮਾ ਦੇ ਭਜਨ ਤੋਂ ਬਿਨਾਂ ਇਸ ਮਾਇਆ ਦੀ ਪਾਇਆ ਇਤਨੀ ਹੈ ਜਿਵੇਂ ਕਿ ਕੱਖਾਂ ਦੀ ਅੱਗ ਹੈ, ਬੱਦਲਾਂ ਦੀ ਛਾਂ ਹੈ, ਦਰਿਆ ਦੇ ਹੜ ਦਾ ਪਾਣੀ ਹੈ। ਕਹਾਂ ਨਰ, ਗਰਬਸ ਥੋਰੀ ਬਾਤ, ਮਨ ਦਾ ਸਨਾਜ ਟੱਕਾ ਚਾਰ ਗਾਂਠੀ, ਐਡੋ ਟੇਡੋ ਜਾਤ ਰਹਾ। ਬਹੁਤ ਪ੍ਰਤਾਪ ਗਾਉਂ ਸੋ ਪਾਏ, 2 ਲੱਖ ਟੱਕਾ ਬਰਾਤ, ਦਿਵਸ ਚਾਰ ਕੀ ਕਰੂੰ ਸਾਹਿਬੀ, ਜੈਸੇ ਬਨ ਹਰ ਪਾਤ, ਨਾ ਕੋ ਲੈ ਆਇਓ ਇਹ ਧਨ, ਨਾ ਕੋ ਲੈ ਜਾਤ, ਰਾਵਣ ਹੂੰ ਤੇ ਅਧਿਕ ਛਤਰਪਤ, ਖਿਨ ਮੈਂ ਗਏ ਬਿਲਾਤ, ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਨਾਮ ਜਪਾਤ, ਜਿਨ ਕੋ ਕਿਰਪਾ ਕਰਤ ਹੈ ਗੋਬਿੰਦ, ਤੇ ਸਤ ਸੰਗ ਮਿਲਾਤ, ਮਾਤ ਪਿਤਾ ਬਨਤਾ ਸੁਤ ਬੰਧਪ, ਅੰਤ ਨ ਚਲਤ ਸੰਗਾਤ, ਕਹਿਤ ਗਬੀਰ ਰਾਮ ਭਜ ਬੋਰੇ, ਜਨਮ ਅਕਾਰਥ ਜਾਤ। ਪੰਨਾ 1251। ਅਰਥ, ਹੈ ਬੰਦੇ, ਥੋੜ੍ਹੀ ਜੀ ਗੱਲ ਪਿੱਛੇ ਭਾਵ ਇਸ ਥੋੜ੍ਹੇ ਦਿਨਾਂ ਦੀ ਜ਼ਿੰਦਗੀ ਪਿੱਛੋਂ ਕਿਉਂ ਮਾਣ ਕਰ ਰਿਹਾ ਹੈ? 10 ਮਣ ਦਾਣੇ ਜਾਂ 4 ਟਕੇ ਜੇ ਪੱਲੇ ਹੋ ਗਏ ਤਾਂ ਕੀ ਹੋਇਆ? ਕਿਉਂ ਏਡਾ ਆਕੜ ਕੇ ਤੁਰਦਾ ਹੈ? ਜੇ ਇਸ ਤੋਂ ਵੀ ਵਧੀਕ ਪ੍ਰਤਾਪ ਹੋਇਆ ਤਾਂ 100 ਪਿੰਡਾਂ ਦੀ ਮਾਲਕੀ ਹੋ ਗਈ, ਜਾਂ 1-2 ਲੱਖ ਟਕੇ ਦੀ ਜਾਗੀਰ ਮਿਲ ਗਈ। ਇਹ ਬੰਦੇ, ਤਾਂ ਵੀ 4 ਦਿਨ ਦੀ ਸਰਦਾਰੀ ਕਰ ਲਵੋਗੇ ਅਤੇ ਆਖਰ ਛੱਡ ਜਾਓਗੇ? ਜਿਵੇਂ ਜੰਗਲ ਦੇ ਹਰੇ ਪੱਤੇ 4 ਦਿਨ ਹੀ ਹਰੇ ਰਹਿੰਦੇ ਹਨ, ਫਿਰ ਸੁੱਕ ਸੜ ਜਾਂਦੇ ਹਨ, ਦੁਨੀਆਂ ਦਾ ਇਹ ਮਾਲ ਧਨ ਨਾ ਕੋਈ ਬੰਦਾ ਜੰਮਣ ਵੇਲੇ ਆਪਣੇ ਨਾਲ ਲੈ ਕੇ ਆਇਆ ਅਤੇ ਨਾ ਕੋਈ ਮਰਨ ਵੇਲੇ ਕੋਈ ਚੀਜ਼ ਆਪਣੇ ਨਾਲ ਲੈ ਜਾਂਦਾ ਹੈ। ਕਥਿਤ ਰਾਵਣ ਤੋਂ ਵੀ ਵੱਡੇ ਰਾਜੇ ਇੱਕ ਪਲ ਵਿੱਚ ਇੱਥੋਂ ਚੱਲ ਬਸੇ। ਹੇ ਬੰਦੇ, ਜਨਮ ਮਰਨ ਦਾ ਗੇੜ ਹਰੇਕ ਦੇ ਸਿਰ ਉੱਤੇ ਹੈ, ਸਿਰਫ ਪ੍ਰਭੂ ਦੇ ਸੰਤ ਹੀ ਹਨ ਜੋ ਸਦਾ ਅਟਲ ਰਹਿੰਦੇ ਹਨ, ਜੋ ਮੁੜ ਮੁੜ ਮੌਤ ਦਾ ਸ਼ਿਕਾਰ ਨਹੀਂ ਹੁੰਦੇ। ਉਹਨਾਂ ਦੀ ਸੇਵਾ ਕਰੋ, ਉਹ ਪ੍ਰਭੂ ਦਾ ਨਾਮ ਆਪ ਸਿਮਰਦੇ ਹਨ ਅਤੇ ਹੋਰਨਾਂ ਤੋਂ ਜਪਾਉਂਦੇ ਹਨ। ਪਰਮਾਤਮਾ ਜਿਨ੍ਹਾਂ 'ਤੇ ਮਿਹਰ ਕਰਦਾ ਹੈ ਉਹਨਾਂ ਨੂੰ ਐਸੇ 7 ਜਣਾਂ ਦੀ
ਸੰਗਤ ਮਿਲਾਉਂਦਾ ਹੈ। ਕਬੀਰ ਆਖਦਾ, ਹੇ ਕਮਲੇ, ਮਾਂ ਪਿਓ ਵਹੁਟੀ ਪੁੱਤਰ ਧਨ ਕੋਈ ਵੀ ਅਖੀਰ ਵੇਲੇ ਨਾਲ ਨਹੀਂ ਤੁਰਦਾ, ਇੱਕ ਪ੍ਰਭੂ ਹੀ ਸਾਥੀ ਹੁੰਦਾ ਹੈ। ਪ੍ਰਭੂ ਦੇ ਨਾਮ ਸਿਮਰਨ ਤੋਂ ਬਿਨਾਂ ਜੀਵਨ ਵਿਅਰਥ ਜਾ ਰਿਹਾ ਹੈ। ਫਰੀਦਾ ਕੋਠੇ ਮੰਡਪ ਮਾੜੀਆਂ ਉਸਾਰ ਦੇ ਪੀ ਗਏ, ਕੂੜਾ ਸੌਦਾ ਕਰ ਗਏ, ਗੋਰੀ ਆਏ ਪਏ। ਪੰਨਾ 1380। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ, ਇਨ ਮੈਂ ਕੱਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪੰਨਾ 1426। ਮਨ ਕਾ ਕਹਿਆ ਮਨਸਾ ਕਰੇ, ਇਹ ਮਨ ਪੁੰਨ ਪਾਪ ਉਚਰੇ, ਮਾਇਆ ਮਦ ਮਾਤੇ ਤ੍ਰਿਪਤ ਨ ਆਵੇ, ਤ੍ਰਿਪਤ ਮੁਕਤ ਮਨ ਸਾਚਾ ਭਾਵੇ, ਤਨ ਧਨ ਕਲਤ ਸਭ ਦੇਖ ਅਭਿਮਾਨਾ, ਬਿਨ ਨਾਵੇਂ ਕਿਛ ਸੰਗ ਨਾ ਜਾਣਾ ਰਹੋ। ਕੀਜੈ ਰਸ ਭੋਗ ਖੁਸ਼ੀਆਂ ਮਨ ਕੇਰੀ, ਧਨ ਲੋਕਾ ਧਨ ਭਸਮੇ ਤੇਰੀ, ਖਾਕੂ ਖਾਕ ਰਲੇ ਸਭ ਫੈਲ, ਬਿਨ ਸ਼ਬਦੇ ਨਹੀਂ ਉਤਰੇ ਮੈਲ, ਗੀਤ ਰਾਗ ਘਨ ਤਾਲ ਸਿਕੂਰੇ, ਤ੍ਰਿਹ ਗੁਣ ਉਪਜੇ ਬਿਨਸੇ ਦੂਰੇ, ਦੂਜੀ ਦੁਰਮਤ ਦਰਦ ਨਾ ਜਾਏ, ਛੂਟੇ ਗੁਰਮੁਖ ਦਾਰੂ ਗੁਣ ਗਾਏ, ਧੋਤੀ ਉਜ ਤਿਲਕ ਗਲ ਮਾਲਾ, ਅੰਤਰ ਕ੍ਰੋਧ ਪੜੇ ਨਾਟਸਾਲਾ, ਨਾਮ ਵਿਸਾਰ ਮਾਇਆ ਮਦ ਪੀਆ, ਗਿਨ ਬਿਨ ਗੁਰ ਭਗਤ ਨਾ ਹੀ ਸੁਖ ਥੀਆ, ਸੂਕਰ ਸਵਾਨ ਗਰਤਬ ਮੰਝਾਰਾ, ਪਸ਼ੂ ਮਲੇਸ਼ ਨੀਚ ਚੰਡਾਲਾ, ਗੁਰ ਤੇ ਮੂੰਹ ਫੇਰੇ ਤਿੰਨ ਜੋਨ ਭਵਾਈਐ, ਬੰਧਨ ਬਾਂਧਿਆ ਆਈਐ ਜਾਈਐ, ਗੁਰ ਸੇਵਾ ਤੇ ਲਹੇ ਪਦਾਰਥ, ਹਿਰਦੇ ਨਾਮ ਸਦਾ ਕਿਰਤਾਰਥ, ਸਾਚੀ ਦਰਗਾਹ ਪੂਛ ਨ ਹੋਏ, ਮਾਨੇ ਹੁਕਮ ਸੀਜੇ ਦਰ ਸੋਏ, ਸਤਿਗੁਰ ਮਿਲੇ ਤਾਂ ਤਿਸ ਕੋ ਜਾਣੇ, ਰਹੇ ਰਜ਼ਾਈ ਹੁਕਮ ਪਛਾਣੇ, ਹੁਕਮ ਪਛਾਣੇ ਸੱਚੇ ਦਰਵਾਸ, ਕਾਲ ਬੇਕਾਲ ਸ਼ਬਦ ਭੈਨਾਸ, ਰਹੇ ਅਤੀਤ ਜਾਣੇ ਸਭ ਤਿਸ ਕਾ, ਤਨ ਮਨ ਅਰਪੇ ਹੈ ਇਹ ਜਿਸ ਕਾ, ਨਾ ਉਹ ਆਵੇ ਨਾ ਉਹ ਜਾਏ, ਨਾਨਕ ਸਾਚੇ ਸਾਚ ਸਮਾਏ। ਪੰਨਾ 832। ਨਾ ਤਨ ਤੇਰਾ ਨਾ ਮਨ ਤੋਹੇ, ਮਾਇਆ ਮੋਹ ਵਿਆਪਿਆ ਤੋਹੇ, ਕੁਦਮ ਕਰੇ ਗਾਡਰ ਜਿਉਂ ਛੇਲ, ਅਚਿੰਤ ਜਾਲ ਕਾਲੂ ਚੱਕਰ ਪੇਲ, ਹਰ ਚਰਨ ਕਮਲ ਸ਼ਰਨਾਏ ਮਨਾ, ਰਾਮ ਨਾਮ ਜਪ ਸੰਗ ਸਹਾਈ, ਗੁਰਮੁਖ ਪਾਵੇਂ ਸਾਚ ਤਨਾ ਰਹਾਉ। ਊਨੇ ਕਾਜ ਨ ਹੋਵਤ ਪੂਰੇ, ਕਾਮ ਕ੍ਰੋਧ ਮਦ ਸਦ ਹੀ ਝੂਰੇ, ਕਰੇ ਬੇਕਾਰ ਜੀਅਰੇ ਕੇ ਤਾਈਂ, ਗਾਫਲ ਸੰਗ ਤਸੂਆ ਜਾਈ, ਧਰਤ ਧੋ ਅਨਕ ਛਲ ਜਾਣੇ, ਕੌਡੀ ਕੌਡੀ ਕੋ ਖਾਕ ਸਿਰ ਛਾਨੇ, ਜਿਨ ਦੀਆ ਤਿਸੇ ਨ ਚੇਤੈ ਮੂਲ, ਮਿਥਿਆ ਲੋਭ ਨ ਉਤਰੇ ਸੂਲ, ਪਾਰ ਬ੍ਰਹਮ ਜਾ ਭਏ ਦਿਆਲ, ਇਹ ਮਨ ਹੋਵਾ ਸਾਧ ਰਵਾਲ, ਹਸਤ ਕਮਲ ਲੜ ਲੀਨੋ ਲਾਏ, ਨਾਨਕ ਸਾਚੇ ਸਾਚ ਸਮਾਏ। ਪੰਨਾ 899। ਪੁੱਤਰ ਕਰਤਰ ਲਖਮੀ ਦੀਸੈ, ਇਨਮੈ ਕਛੂ ਨ ਸੰਗ ਲੀਆ, ਵਿਖੇ ਠਗੋਰੀ ਖਾਏ ਭੁਲਾਨਾ, ਮਾਇਆ ਮੰਦਰ ਤਿਆਗ ਗਿਆ। ਪੰਨਾ 900। ਰੂਪ ਰੰਗ ਸੁਗੰਧ ਭੋਗ ਤਿਆਗ ਚਲੇ, ਮਾਇਆ ਛਲੇ ਕਣਕ ਕਾਮਨੀ ਰਹੋ, ਭੰਡਾਰ ਦਰਬ ਅਰਬ ਖਰਬ ਪੇਖ ਲੀਲਾ, ਮਸ ਸਧਾਰੇ ਨੈ ਸੰਗ ਗਾਮਨੀ, ਸੋਤ ਕਲੱਤਰ ਭਰਾਤ ਮੀਤ ਉਰਜ ਭਰਿਓ, ਭਰਮ ਮੋਇਓ ਇਹ ਬਿਰਖ ਸ਼ਾਮਨੀ, ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਭਾਵਨੀ। ਪੰਨਾ 901। ਮਿਲ ਮਾਤ ਪਿਤਾ ਪਿੰਡ ਕਮਾਇਆ, ਤਿਨ ਕਰਤੈ ਲੇਖ ਲਖਾਇਆ, ਲਿਖ ਦਾਤ ਜੋਤ ਵਡਿਆਈ, ਮਿਲ ਮਾਇਆ ਸੁਰਤ ਗਵਾਈ, ਮੂਰਖ ਮਨ ਕਾਹੇ ਕਰਸੈ ਮਾਣਾ, ਉੱਠ ਚਲਣਾ ਖਸਮੇ ਪਾਣਾ ਰਹਾਉ, ਤਜ ਸਾਧ ਸਹਿਜ ਸੁਖ ਹੋਈ, ਘਰ ਛੱਡਣੇ ਰਹੇ ਨਾ ਕੋਈ, ਕਿਛ ਖਾਜੈ ਕਿਛ ਧਰ ਜਾਈਐ,
ਜੇ ਬਹੁਤ ਦੁਨੀਆ ਆਈ ਹੈ, ਸੱਜ ਕਾਇਆ ਪੱਟ ਹੰਡਾਏ, ਫਰਮਾਇਸ਼ ਬਹੁਤ ਚਲਾਏ, ਕਰ ਸੇਜ ਸੁਖਾਲੀ ਸੋਵੈ, ਹੱਥੀ ਪਾਉਂਦੀ ਕਾਹੇ ਰੋਵੈ, ਕਰ ਘੁੰਮਣ ਬਾਣੀ ਭਾਈ, ਪਾਪ ਪੱਥਰ ਤਰਨ ਨਾ ਜਾਈ, ਭਉ ਬੇੜਾ ਜਿਉ ਚੜਾਉਂ, ਕਹੋ ਨਾਨਕ ਦੇਵੇ ਕਾਹੂੰ। ਪੰਨਾ 399। ਕਿਤਾਬ ਬਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 8, ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ, ਤੀਜੇ ਕਾਂਡ ਦਾ ਤੀਜਾ, ਚੌਥਾ ਅਤੇ 5ਵਾਂ ਭਾਗ। ਆਵਾਜ਼ ਗੁਰਜੰਟ ਸਿੰਘ ਰੂਪੋ ਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।